ਸਤਿਕਾਰਯੋਗ ਗੁਰੂ ਕੇ ਸਾਜੇ ਨਿਵਾਜੀ ਸਾਧ ਸੰਗਤ ਜੀ, ਪਿਆਰ ਸਹਿਤ ਫਤਿਹ ਗਜਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਬੜੇ ਪਿਆਰ ਸਹਿਤ ਨਾਮ ਸਿਮਰਨ ਅਭਿਆਸ ਵਿੱਚ ਸਾਰੇ ਜੁੜੋ। ਵਾਹਿਗੁਰੂ ਜੀ ਇੱਕ ਪਰਮ ਗੜ ਤੋੜਿਆ
Oh.
ਮੇਰੇ ਗੁਰੂ ਨੇ ਭਰਮ ਦਾ ਕਿਲਾ ਮੈਂ ਉਸਾਰ ਲਿਆ ਸੀ। ਕਿਵੇਂ ਉਸਾਰਿਆ ਸੀ? ਇੰਨਾ ਭਰਮ ਪੈ ਗਿਆ ਸੀ, ਸੋਚਦਾ ਸਾਂ ਸਦਾ ਇਸ ਦੁਨੀਆ 'ਚ ਹੀ ਰਹਿਣਾ। ਇਹ ਭੁੱਲੀ ਗਿਆ ਸਾਂ ਕਿ ਮੈਂ ਅੱਗੇ ਵੀ ਜਾਣਾ। ਏਡਾ ਭਰਮ ਪੈ ਗਿਆ ਸੀ, ਸੋਚਦਾ ਸਾਂ ਮਾਇਆ ਹੀ ਸਾਰਾ ਕੁਝ ਹੈ। ਇਹ ਚੇਤੇ ਨਹੀਂ ਸੀ ਰਿਹਾ ਕਿ ਰੱਬ ਦੀ ਮਾਇਆ ਵੀ ਕੋਈ ਚੀਜ਼ ਹੈ। ਇੰਨਾ ਭਰਮ ਪੈ ਗਿਆ ਸੀ, ਧੀਆਂ ਪੁੱਤਰਾਂ ਵਿੱਚ ਮੈਂ ਆਪਣਾ ਸਮਾਂ ਕੱਢਣ ਲੱਗਾ। ਮੈਂ ਉਸ ਬਹੁਤੇ ਸਮੇਂ ਵਿੱਚੋਂ ਥੋੜ੍ਹਾ ਜਿਹਾ ਸਮਾਂ ਵੀ ਗੁਰੂ ਵਾਸਤੇ ਨਹੀਂ ਸਾਂ ਕੱਢ ਸਕਿਆ। ਸੋਚਿਆ ਪਰਿਵਾਰ 'ਤੇ ਕੰਮ ਆਉਣ ਵਾਲਾ ਹੈ, ਦੁੱਖ ਸੁੱਖ ਵਿੱਚ ਪਰਿਵਾਰ ਰਹਿਣ ਵਾਲਾ ਹੈ। ਮੈਂ ਬਹੁਤਾ ਸਮਾਂ ਪਰਿਵਾਰ ਵਿੱਚ ਖਰਚ ਕਰ ਦਿੱਤਾ। ਇਹ ਪਰ ਭੁਲੇਖ ਹੀ ਰਹਿ ਗਿਆ ਕਿ ਗੁਰੂ ਵੀ ਮੇਰੇ ਕੰਮ ਆਉਣਾ ਹੈ। ਇਹ ਭਰਮ ਪੈ ਗਿਆ ਸੀ ਕਿ ਸਤਸੰਗਤ ਵਿੱਚ ਵੀ ਜਾਣਾ। ਮੈਂ ਕਹਿੰਦਾ ਸਾਂ ਨਹੀਂ, ਮੇਰੇ ਕੋਲ ਸਤਸੰਗਤ ਵਿੱਚ ਜਾਣ ਜੋਗਾ ਸਮਾਂ ਨਹੀਂ ਹੈ। ਜਿਹੜਾ ਸਮਾਂ ਮੈਂ ਉੱਥੇ ਗੁਜ਼ਾਰਨਾ, ਉਹ ਸਮਾਂ ਮੈਂ ਆਪਣੇ ਪਰਿਵਾਰ ਵਾਸਤੇ, ਮਿੱਤਰਾਂ ਦੋਸਤਾਂ ਵਾਸਤੇ ਵੀ ਕੱਢ ਸਕਦਾ।
ਕਹਿਣ ਲੱਗੇ ਪਰ ਮੇਰੇ ਗੁਰੂ ਨੇ ਆ ਜਿਹੜਾ ਭਰਮ ਦਾ ਕਿਲਾ ਮੈਂ ਉਸਾਰਿਆ ਸੀ ਤੋੜ ਦਿੱਤਾ, ਢਾ ਦਿੱਤਾ। ਉਹ ਆਖਿਆ ਰੱਬ ਨੇ ਤੇਰੇ ਨਾਲ ਜਾਣਾ ਹੀ, ਨਾਮ ਨੇ ਤੇਰੇ ਨਾਲ ਜਾਣਾ ਹੀ, ਸਤਸੰਗਤ ਦੇ ਬੜੇ ਵੱਡੇ ਗੁਣ ਨੇ ਸਮਾਂ ਕੱਢਿਆ ਕਰ, ਤੇ ਜਿਹਨਾਂ ਧੀਆਂ ਪੁੱਤਰਾਂ ਨੂੰ ਪਰਿਵਾਰ ਨੂੰ ਤੂੰ ਆਪਣਾ ਸਮਝਦਾ ਹੈ ਇਹ ਅੱਜ ਤੱਕ ਕਦੀ ਕਿਸੇ ਦੇ ਨਾਲ ਨਹੀਂ ਗਏ। ਕਹਿਣ ਲੱਗੇ ਸਮਝ ਆ ਗਈ, ਗੁਰੂ ਨੇ ਭਰਮ ਤੋੜ ਦਿੱਤਾ। ਫਿਰ ਮੈਂ ਕਿਉਂ ਨਾ ਕਹਾਂ ਕਿ ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗੜ ਤੋੜੇ। ਮੇਰਾ ਗੁਰੂ ਧੰਨ। ਅਗਲਾ ਬਚਨ ਕਹਿੰਦੇ ਸੋ ਸਤਿਗੁਰ ਵਾਹੋ ਵਾਹ ਅਸ਼ਚਰਜ ਹੈ ਬਲਿਹਾਰ ਜਿਨ ਹਰਸ਼ਿਓ ਜੋੜਿਆ, ਜਿਸ ਗੁਰੂ ਨੇ ਮੈਨੂੰ ਹਰੀ ਨਾਲ ਜੋੜ ਦਿੱਤਾ। ਕਿਵੇਂ ਜੋੜਿਆ? ਹੁਣ ਮੇਰੇ ਹਰ ਵੇਲੇ ਮੁੱਖ ਵਿੱਚ ਹਰੀ ਦਾ ਨਾਮ ਹੁੰਦਾ, ਪਰਮੇਸ਼ਵਰ ਦਾ ਨਾਮ ਹੁੰਦਾ, ਮੈਂ ਜਪਦਾ ਰਹਿੰਦਾ। ਅਗਲਾ ਬਚ ਨਾਮ ਨਿਧਾਨ ਅਖੁੱਟ ਗੁਰੂ ਦੇ ਦਾਰੂਓ, ਗੁਰੂ ਨੇ ਨਾਮ ਦਾ ਅਮੁੱਖ ਖਜ਼ਾਨਾ ਮੈਨੂੰ ਦਾਰੂ ਦੇ ਦਿੱਤਾ, ਦਵਾਈ ਦੇ ਦਿੱਤੀ। ਮਹਾਰੋਗ ਵਿਕਰਾਲ, ਬੜਾ ਭਿਆਨਕ ਰੋਗ ਜਿਹੜਾ ਹੋਮੇ ਦਾ ਸੀ, ਵਿਕਰਾਲ ਰੋਗ ਸੀ, ਤਿੰਨੇ ਬਦਾਰੋ ਇਸ ਨਾਮ ਦੀ ਦਵਾਈ ਨੇ ਉਸ ਰੋਗ ਨੂੰ ਬੇਧਾਰ ਦਿੱਤਾ, ਦੂਰ ਕਰ ਦਿੱਤਾ। ਪਾਇਆ ਨਾਮ ਨਿਧਾਨ ਬਹੁਤ ਖਜ਼ਾਨੇ ਆ, ਗੁਰੂ ਨੇ ਕਿਰਪਾ ਕੀਤੀ, ਮੈਂ ਨਾਮ ਨਾਲ ਦਾ ਨਿਧਾਨ ਖਜ਼ਾਨਾ ਪ੍ਰਾਪਤ ਕਰ ਲਿਆ। ਤੇ ਜਦੋਂ ਮੈਂ ਨਾਮ ਪ੍ਰਾਪਤ ਕਰ ਲਿਆ ਤੇ ਨਾਮ ਦੀ ਬਦੌਲਤ ਜਿੱਤਾ ਜਨਮ ਅਪਾਰ, ਮੈਂ ਆਪਣਾ ਜਨਮ ਜਿੱਤ ਲਿਆ। ਆਪ ਪਛਾਣਿਆ, ਆਪਣੇ ਆਪ ਨਾਲ ਪਛਾਣ ਹੋ ਗਈ, ਨਾਮ ਨੇ ਮੇਰੀ ਪਛਾਣ ਕਰਾ ਦਿੱਤੀ ਮੇਰੇ ਨਿੱਜ ਸਰੂਪ ਨਾਲ, ਨਾਮ ਨੇ ਮੈਨੂੰ ਅੰਦਰ ਝੁਕਾ ਦਿੱਤਾ, ਨਾਮ ਨੇ ਮੈਨੂੰ ਦੱਸ ਦਿੱਤਾ ਉਹ ਤੂੰ ਕੀ ਚੀਜ਼ ਹੈ ਵੇਖ ਜਰਾ। ਕਹਿੰਦੇ ਮਹਿਮਾ ਕਹੀ ਨਾ ਜਾਏ, ਗੁਰ ਸਮਰੱਥ ਦੇਵ ਸਮਰੱਥ ਗੁਰੂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰਪਾਲ ਬ੍ਰਹਮ ਪਰਮੇਸ਼ਵਰ ਅਪਰੰਪਰ ਅਲੱਖ ਅਭੇਵ, ਇੰਨੇ ਗੁਣਾਂ ਦਾ ਮਾਲਕ ਹੈ ਗੁਰੂ, ਪਰੇ ਤੋਂ ਪਰੇ ਹੈ, ਭੇਦ ਭੇਵ ਤੋਂ ਰਹਿਤ ਹੈ। ਏਡਾ ਵੱਡਾ ਮੇਰਾ ਗੁਰੂ, ਮੇਰੇ ਗੁਰੂ ਨੇ ਸੋ ਸਤਿਗੁਰ ਵਾਹੋ ਵਾਹੋ ਜਿਨ ਹਰਿ ਸਿਉ ਜੋੜ, ਗੁਰੂ ਨੇ ਜੋੜ ਦਿੱਤਾ। ਕਿਵੇਂ? ਨਾਮ ਦਿੱਤਾ ਤੇ ਨਾਮ ਦੇ ਕੇ ਕਿਹਾ ਸੀ ਭਾਈ ਰਲ ਮਿਲ ਕੇ ਪੀਆ ਜੇ ਅੰਮ੍ਰਿਤ। ਆ ਬਚਨ ਤੁਸੀਂ ਪੜ੍ਹਦੇ ਨਾ ਸਾਰੇ, ਫਿਰ ਪੜ੍ਹੋ ਅੰਮ੍ਰਿਤ ਨਾਮ ਨਿਧਾਨ ਕਿਵੇਂ ਪੀਣਾ? ਸਾਰੇ ਕਿਰਪਾ ਕਰ ਵਾਹਿਗੁਰੂ ਆਹ।
ਜਪ ਇਸ ਤਰ੍ਹਾਂ ਸਿਮਰਨ ਅੰਮ੍ਰਿਤ ਦੀ ਧਾਰਾ ਵਹਿੰਦੀ ਏ ਕਰ ਇਸ਼ਨਾਨ ਪਿਆ ਅੰਮ੍ਰਿਤ ਦੀ ਬੂੰਦ ਇਸ ਭਟਕਦੇ ਮਨ ਨੂੰ ਤੇਰੇ ਡਿੰਗ ਜਿਮ ਜਿਮ ਵਰਸੈ ਅੰਮ੍ਰਿਤ ਧਾਰਾ ਜਿਮ ਜਿਮ ਵਰਸੈ ਅੰਮ੍ਰਿਤ ਧਾਰਾ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ
माता जी कोल चले गए। माता जी सतगुरु अज की करी होंगे ने, शीस सिखां दे सिर वढ़ रहे ने। मां जी कह लगे मेरा पुत जो करदा बिल्कुल सच करदा। नहीं माता जी देखो तो सही, आके वेख्या इन चिर नूं खालसा सज चुका सी। अमृत दे बाटे मुख नूं लगे सन ते दशमेश उची आवाज नाल इस मंत्र नूं दृढ़ करा रहे सन। उस अकठ विचों ए आवाज आ रहा सी, सारे कृपा करो, वाहिगुरु जी वाहिगुरु, वाहिगुरु जी वाहिगुरु। संसार विसर चुका सी सारा परिवार, एक याद रही ते रब दी दीदार रहे गुरु गोबिंद सिंह दे, याद रही गुरु गोबिंद सिंह दे। चूम चूम के संगता उस प्यारे दे प्यार विच, प्यार नाल नाम दे रंग विच रंगियां, नाम नाल परोईयां हुईयां रूहां अपने मुख तो वाहिगुरु का आवाजा देंदियां ते नेत्रां विच उस प्यार दे हंजू भर के रब दे प्यार का इजहार करदियां। संगतां दे उस प्यार दे कठ नूं वेख के माता जी कहन लगी, मसंदो तुहाडे ते भाग नहीं सन, ये नजर तुहाडे ते पै जाए। वेख्या आप कमाल हो गए, ਇਹ ਤੇ ਦਰਬਾਰ ਹੀ ਕਿਸੇ ਅਗੰਭੀ ਰੌਂ ਵਿੱਚ ਰੰਗਿਆ ਹੋਇਆ। ਇੱਥੇ ਤੇ ਬੈਠਾ ਹਰ ਇੱਕ ਬਸਰ, ਹਰ ਇੱਕ ਸਰੀਰ ਸਰੀਰ ਵਿੱਚ ਰਿਹਾ ਹੀ ਨਹੀਂ। ਸੁਰਤਾਂ ਪਤਾ ਨਹੀਂ ਅਗੰਭੀ ਮੰਡਲ ਵਿੱਚ ਉਡਾਰੀਆਂ ਮਾਰ ਚੁੱਕੀਆਂ ਨੇ ਤੇ ਦਸ਼ਮੇਸ਼ ਆਪਣੀ ਅੰਮ੍ਰਿਤ ਭਰੀ ਰਸਨਾ ਦੇ ਨਾਲ ਪਿਆਰ ਨਾਲ ਬੋਲ ਰਹੇ ਸਨ, ਵਾਹਿਗੁਰੂ ਜੀ ਵਾਹਿਗੁਰੂ, ਵਾਹਿਗੁਰੂ ਜੀ ਵਾਹਿਗੁਰੂ।
ਲੱਗੀਆਂ ਹੋਈਆਂ ਸੰਗਤਾਂ ਵਿੱਚੋਂ, ਕਿਉਂਕਿ ਉਹ ਪੁਰਾਣੇ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਪਿਆਰ ਭਰੇ ਸਰੀਰ ਆ ਰਹੇ ਸਨ। ਨਾਮ ਦੇ ਰੰਗ ਵਿੱਚ ਰੰਗੀਆਂ ਸੰਗਤਾਂ, ਪਿਆਰੇ ਦੇ ਰੰਗ ਵਿੱਚ ਰੰਗੀਆਂ ਉਹ ਇਕੱਠ, ਕਈ ਇਹਨੇ ਉਸ ਪਿਆਰ ਨੂੰ ਬਾਹਰ ਇਜ਼ਹਾਰ ਕਰਦਿਆਂ ਗੁਰੂ ਦੇ ਚਰਨਾਂ ਵਿੱਚ ਸੀਸ ਝੁਕਾਇਆ, ਹੱਥ ਜੋੜ ਕੇ ਦਸ਼ਮੇਸ਼ ਵੱਲ ਇਸ਼ਾਰਾ, ਦਸ਼ਮੇਸ਼ ਸਾਹਮਣੇ ਰੱਖ ਕੇ ਇਹ ਬੋਲ ਪਈਆਂ ਕਹਿੰਦੀਆਂ ਨੇ ਪੰਚਮ ਪਾਤਸ਼ਾਹ ਦੇ, ਜਿਹੜੇ ਹੁਣ ਤੁਸੀਂ ਪੜ੍ਹੇ ਨੇ ਸਾਰੇ ਪੜ੍ਹੋ। ਸੋ ਸਤਿਗੁਰੂ ਆਹੋ ਆਹੋ ਜਿਨ ਹਰ ਸਿਉਂ ਜੋੜਿਆ, ਸਤਿਗੁਰੂ ਆਹੋ ਆਹੋ ਜਿਨ ਹਰ ਸਿਉਂ ਜੋੜਿਆ, ਪਾਸੇ ਕਰਦਾ ਹੈ, ਨਾਮ ਬਣਾਉਂਦਾ ਦੇਵ ਤੇ, ਗੁਰੂ ਨੇ ਮਿਹਰ ਕਰ ਦੇ ਸਾਰੇ ਜਪ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
Thank you.
ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ 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 ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਨਾਮ ਬੜੀ ਵੱਡੀ ਦਾਤ ਚਾਰ ਟਕੇ ਮਿਲ ਜਾਣ ਗੁਰੂ ਦਾ ਸ਼ੁਕਰਾਨਾ ਭਾਗਾਂ ਵਾਲੀ ਕਰਦੇ ਨੇ ਪਰ ਕਿੱਡਾ ਦਿਆਲੂ ਹੈ ਗੁਰੂ ਜਿਹਨੂੰ ਨਾਮ ਦੇ ਦੇਵੇ ਉਹ ਤਾਂ ਫਿਰ ਗੁਰੂ ਦੇ ਚਰਨਾਂ ਤੋਂ ਸੀਸ ਚੁੱਕਦਾ ਹੀ ਨਹੀਂ ਗੁੰਮ ਸੁੰਮ ਹੋ ਜਾਂਦੇ ਨੇ ਉਸ ਨਾਮ ਨੂੰ ਲੈ ਕੇ ਕਿਸੇ ਨੇ ਸਵਾਦ ਪੁੱਛ ਲਿਆ ਕਹਿੰਦੇ ਕੀ ਦੱਸੀ ਜਿਹਨੇ ਚੱਖਿਆ ਉਹਨੂੰ ਇਹਦੇ ਸਵਾਦ ਦਾ ਪਤਾ ਹੈ ਕੋਈ ਦੱਸ ਨਹੀਂ ਸਕਦਾ ਗੁਰੂ ਨੇ ਗੁਰਸਿੱਖ ਨੂੰ ਇਹ ਦਾਤ ਦਿੱਤੇ ਨਾਮ ਨਾਲ ਉਪਦੇਸ਼ ਦਿੱਤਾ ਕੀ ਦਿੱਤਾ ਕਹਿੰਦੇ ਕਿ ਤੈਨੂੰ ਖਜ਼ਾਨਾ ਦੇ ਚੱਲੇ ਇਹਨੂੰ ਆਪ ਵੀ ਜਪੀ ਆਪ ਵੀ ਵਰਤੀ ਦੂਜੇ ਨੂੰ ਵੀ ਵਰਤਾਈ ਖਜ਼ਾਨਾ ਚੁੱਕੇ ਕਰ ਆ ਬਚਨ ਹੈ ਨਾ ਸਾਰੇ ਬਣੇ ਖਾਬ ਖਰਚੂ ਰਾਜ ਮਿਲ ਪਾਈ ਤੁਮ ਵਰਤੋ ਜਾਈ ਰਲ ਮਿਲ ਪਾਈ ਰਲ ਮਿਲ ਪਾਈ ਰ
ਇਹਨੂੰ ਖਾਇਆ ਜੇ ਖਰਚਿਓ ਤੇ ਤੋਟ ਨਹੀਂ ਆਵੇ, ਇਸ ਖਜ਼ਾਨੇ ਦੀ ਤੋਟ ਨਹੀਂ ਆਵੇ। ਤੇਰੇ ਪੈਸੇ ਜੋੜੇ ਮੁੱਕ ਸਕਦੇ ਨੇ, ਪਰ ਜੇ ਇਹ ਖਜ਼ਾਨਾ ਤੇਰੇ ਕੋਲ ਹੋਇਆ ਮੁੱਕੇਗਾ। ਇਸ ਕਰਕੇ ਸਾਰੇ ਇਸ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਬੇਨਤੀ ਕਰਨ, ਸਾਰੇ ਜੁੜੇ ਰਸਤੇ ਦੇ ਕੋ ਤੇਰੇ ਤੋਂ ਗਿਣੇ ਨਹੀਂ ਜਾਣ। ਹਰ ਕੰਮ ਨਾਮ ਤੂੰ ਸੰਗ ਤੋਂ ਸਾ, ਇਹ ਨਾਮ ਤੇਰੇ ਕੋਲ ਹੋਵੇਗਾ ਇਹ ਤੇਰੇ ਵਾਸਤੇ ਤੋਸਾ ਹੈ। ਇਸ ਕਰਕੇ ਨਾਮ ਵਾਸਤੇ ਜੋੜੇ ਗੁਰੂ ਨੇ ਕਿਹਾ ਕਿੰਨਾ ਕੁ ਨਾਮ ਜਪਣਾ ਆ ਵਚਨ ਹੈ। ਹਰ ਤਨ ਕੀ ਪਰ ਲਿਹੁ ਭੰਡਾਰ, ਹਰ ਤਨ ਕੀ ਪਰ ਲਿਹੁ ਭੰਡਾਰ, ਆਹੇ
ਅਗਲੇ ਮਹੀਨੇ 16, 17, 18 ਨਵੰਬਰ ਸੰਮੇਲਨ ਹੈ। ਉਸ ਦਿਨ ਐਤਵਾਰ ਜਿਹੜਾ 2 ਘੰਟੇ ਸਿਮਰਨ ਹੈ, ਸਾਰਾ ਸੰਮੇਲਨ ਹੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ 550 ਸਾਲਾਂ ਗੁਰਪੁਰਬ ਜਿਹੜਾ ਅਗਲੇ ਸਾਲ ਆ ਰਿਹਾ ਸੀ ਉਹਨੂੰ ਸਮਰਪਣ, ਸਾਰਾ ਸਾਲ ਸਮਾਗਮ ਹੋਣਾ। ਉਸ 550 ਸਾਲਾਂ ਦੀ ਆਰੰਭਤਾ ਅਸਾਂ ਇਸ ਸੰਮੇਲਨ ਵਿੱਚ ਕਰਨੀ ਹੈ। ਸੈਮੀਨਾਰ ਵੀ ਇਹ 2 ਦਿਨ ਐਤਵਾਰ ਨੂੰ ਜਿਹੜਾ ਸਿਮਰਨ ਹੋਣਾ ਹੈ। ਸਮੂਹ ਮਾਈ ਭਾਈ ਨੂੰ ਹੱਥ ਜੋੜ ਕੇ ਬੇਨਤੀ ਹੈ, ਗੁਰੂ ਸਾਹਿਬ ਜੀ ਦਾ ਪਿਆਰ ਵਿੱਚ ਚਰਨਾਂ ਵਿੱਚ ਜੁੜਨ ਵਾਸਤੇ 550 ਸਾਲਾਂ ਦੀ ਆਰੰਭਤਾ ਕਰਨੀ, ਉਹਨਾਂ 2 ਘੰਟਿਆਂ ਵਿੱਚ ਵੱਧ ਤੋਂ ਵੱਧ ਪ੍ਰਾਣੀਆਂ ਨੂੰ ਲੈ ਕੇ ਆਓ, ਘੱਟੋ ਘੱਟ ਇੱਕ ਸਰੀਰ 11 ਸਰੀਰਾਂ ਨੂੰ ਲੈ ਕੇ ਆਓ। ਸਾਡੀ ਜ਼ਿੰਦਗੀ ਵਿੱਚ 550 ਸਾਲਾਂ ਆਏਗਾ, 600 ਸਾਲਾਂ ਕਿਤੇ ਭਾਗਾਂ 'ਚ ਹੋਏਗਾ, ਕੋਈ ਮਨਾਏਗਾ। ਜੁੜਨੇ ਬਾਬੇ ਨੇ ਸਤਨਾਮ ਦਾ ਚੱਕਰ ਫਿਰਾਇਆ ਦੀ ਗੱਲ ਭਾਈ ਗੁਰਦਾਸ ਨੇ ਕਹੀ। ਪੁੱਛਿਆ ਸੀ ਕਿਸੇ ਨੇ, ਬਾਬਾ ਦੁਨੀਆ ਬੜੀ ਸੜਦੀ ਤੇ ਬਲਦੀ ਪਈ, ਬਾਹਰ ਦੀ ਅੱਗ ਤੇ ਬਾਬਾ ਪਾਣੀ ਨਾਲ ਬੁਝਾ ਦਈਏ, ਮਨਾਂ ਦੀ ਅੱਗ ਕਿਵੇਂ ਬੁਝਾਈ? ਤ੍ਰਿਸ਼ਨਾ ਦੀ, ਈਰਖਾ ਦੀ, ਕ੍ਰੋਧ ਦੀ, ਲੋਭ ਦੀ। ਤੇ ਬਾਬੇ ਦੇ ਆਖਿਆ ਸੀ, ਕਿਉਂ ਨਾ ਸੜੇ ਬਲੇ, ਕਿਉਂਕਿ ਸੱਚਾਈ ਇਹ ਹੈ, ਹਰ ਬਿਨ ਜੀਉ ਚੱਲ ਵੱਧ ਜਾ। ਰੱਬ ਦੇ ਨਾਮ ਤੋਂ ਬਿਨਾ ਜਿੰਨ ਸੜ ਤੇ ਬਲ ਜਾਂਦਾ ਕੋਈ ਚਾਰਾ ਹੀ ਹੈ। ਕਹਿਣ ਲੱਗੇ, ਮੈਂ ਆਪਣਾ ਗੁਰੂ ਪੁੱਛ ਦੇਖਿਆ ਔਰ ਨਾ ਕੀਤਾ। ਮੈਂ ਗੁਰੂ ਨੂੰ ਪੁੱਛਿਆ ਤੇ ਗੁਰੂ ਨੇ ਆਖਿਆ, ਨਾਮ ਜਪਣ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ, ਹੋਰ ਕੋਈ ਤਰੀਕਾ ਨਹੀਂ ਜਿਹਦੇ ਨਾਲ ਮਨ ਠੰਡਾ ਕੀਤਾ ਜਾ ਸਕੇ, ਜਿਹਦੇ ਨਾਲ ਮਨ ਸ਼ਾਂਤ ਕੀਤਾ ਜਾ ਸਕੇ। ਸਾਰੇ ਜੁੜੋ, ਵਾਹਿਗੁਰੂ,
ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਸਾਰੇ ਉਸ ਤੋਂ ਤਰਪੜੋ ਸਮਾਪਤੀ ਕਰੀਏ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ 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 ਧੰਨ ਹੈ
ਸਤਨਾਮ ਸ੍ਰੀ ਵਾਹਿਗੁਰੂ ਸਤਨਾਮ